दुग्गावाला आ गया। डेढ़ साल हो गया एक्सरसाइज बहुत करी मैं ਚੱਲ ਪੀ ਤੈਨੂੰ ਕ੍ਰੋਸ ਪੈ ਗਿਆ ਕ੍ਰੋਸ ਪੈ ਗਿਆ ਆ ਗਈ ਓਏ ਜੋੜ ਬਹੁਤ ਗੰਦੀ ਆ ਓਏ ਤੂੰ ਪਤੰਗ ਚੜ੍ਹੇ ਐਤ ਕੀ ਮੈਨੂੰ ਮਾੜਾ ਮੋਟਾ ਜਾ ਮੋਜੀ ਵਾਲੇ ਜਾ ਰਹੇ ਓਕੇ ਓਕੇ ਦੀਪ ਸੁੱਖਾ ਮੱਕਾ ਤੀਜਾ ਮੈਚ ਬਈ ਆਪਣਾ ਗੁਰਦਾਸਪੁਰ ਦਾ ਅੱਜ
ਬਠਿੰਡੇ ਗਿਆ ਹੋਇਆ ਹੋਰ ਤੂੰ ਇੱਕ ਦਿਨ ਨੂੰ ਮੈਂ ਹੋਰ ਭੇਜਾਂ ਉਹ ਆਹ ਹਰਾ ਜਾਣਾ ਸੀ ਮੇਰੀ ਇਹ ਅੰਡਕੋਟ ਗਰਮੀ ਦੇ ਹਿਸਾਬ ਨਾਲ ਯਾਰ ਲੜਕੀ ਪਹੁੰਚ ਗਈ ਤੇ ਫਿਰ ਮਿਸ਼ਨ ਦੂਰੀ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਖੁਸ਼ੀ ਅਤੇ 26 ਤਰੀਕ ਨੂੰ ਹੋ ਗਿਆ ਸੀ ਕੱਪ ਕੈਂਸਲ ਮਠੱਡਿਆਂ ਦਾ ਅਤੇ ਅੱਜ ਫਿਰ 1 ਤਰੀਕ ਅਤੇ 1 ਤਰੀਕ ਨੂੰ ਫਿਰ ਮਠੱਡਿਆਂ ਦਾ ਕੱਪ ਰੱਖਿਆ ਗਿਆ ਅਤੇ ਇਹ ਕੱਪ ਦੇ ਨਾਲ ਭਿੜ ਗਿਆ ਸੀ ਰੂਮੀ ਦਾ ਅਤੇ ਦੋਨੇ ਕਲੱਬਾਂ ਦੀ ਵਧੀਆ ਅੰਡਰਸਟੈਂਡਿੰਗ ਰਹੀ ਅਤੇ ਹੁਣ ਰੂਮੀ ਵਾਲਾ 10 ਤਰੀਕ ਨੂੰ ਅਤੇ ਵਧੀਆ ਹੋਇਆ ਕਬੱਡੀ ਲਈ ਵੀ ਗੁੱਡ ਹੋਇਆ ਅਤੇ ਕਬੱਡੀ ਪਲੇਅਰਾਂ ਲਈ ਵੀ ਵਧੀਆ ਹੋਇਆ ਅਤੇ ਕਬੱਡੀ ਪ੍ਰਮੋਟਰਾਂ ਲਈ ਵੀ ਵਧੀਆ ਹੋਇਆ ਅਤੇ ਵਧੀਆ ਇੱਦਾਂ ਅੰਡਰਸਟੈਂਡਿੰਗ ਨਾਲ ਜਦੋਂ ਮੇਲੇ ਹੁੰਦੇ ਆ ਤਾਂ ਸਾਰੇ ਵਧੀਆ ਹੀ ਹੁੰਦੇ ਆ ਅਤੇ ਆ ਜਾਓ ਅੱਜ ਫਿਰ ਮਠੱਡਿਆਂ ਵਾਲੇ ਮੇਲੇ 'ਤੇ ਦਿਖਾਉਂਦੇ ਹਾਂ ਝੱਟ ਆਪਣਾ ਤੀਜਾ ਮੈਚ ਗੁਰਦਾਸਪੁਰ ਲਾਇਨਜ ਦੇ ਨਾਲ ਟਾਈਆਂ ਪੈ ਗਈਆਂ ਇੱਥੇ ਬਾਹਰ ਖੜ੍ਹੇ ਸੀ ਪ੍ਰੈਸ ਪ੍ਰੁੱਸ ਹੋ ਕੇ ਹੁਣ ਚੱਲੇ ਹਾਂ ਰੈਡੀ ਸਟੈਡੀ ਗੋ ਫੋਰ ਮਠੱਡਾ ਕਬੱਡੀ ਕੱਪ ਹਾਂ ਹਾਂ ਹੁਣ ਤਿਆਰੀ ਲਾ ਕੇ ਹੁਣ ਤਿਆਰੀ ਉਹ ਕਰਕੇ ਲਾਉਂਦੇ ਹਾਂ ਬਾਹਰ ਦੋ ਚਾਰ ਮਿੰਟ ਜਿੰਨੇ ਮੈਂ ਬਾਹਲੇ ਰੱਖੇ ਤਿਆਰੀ ਵਧੀਆ ਮੈਂ ਦੇ ਦਿੰਦਾ ਮੈਂ ਤੇਰੇ ਹਾਂ ਨਹੀਂ ਨਹੀਂ ਗੁੱਡ 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 ਤੈਨੂੰ ਮੈਂ ਦੱਸਿਆ ਸੀ ਵਧੀਆ ਕਿਵੇਂ ਗੱਲਾਂ ਬਾਤਾਂ ਤੋਂ ਬਚ ਕੇ ਬਾਬੇ ਦੀ ਮਿਹਨਤ ਕਿੰਨੇ ਕੁ ਬੰਦੇ ਪੜ੍ਹਦੇ ਨੇ ਹੱਥ ਨੂੰ ਬੰਦਾ ਕੀ ਬਦਨਾ ਇਹਦੇ ਨਾਲ ਕਮਾ ਦੀ ਛਿਲਣਾ ਕੀ ਬਦਨਾ 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 ਗੰਨਾ ਵੜਦੇ ਇਹਦੇ ਨਾਲ ਬੰਦਾ ਬਦਤਾ ਹਾਂ ਕੀ ਕੀ ਕਰਨ ਆਤਾ ਚੱਲੀ ਜਾਂਦਾ ਕਰੋਨਾ ਨੇ ਤਾਂ ਕੰਮ ਖਰਾਬ ਕਰ ਦਿਆ ਤਾਂ ਗਾਉਂ ਗਏ ਥੇ ਕਰੋਨਾ ਮੇ ਜਬ ਤੱਕ ਪੰਜਾਬ ਮੇ ਆਲੂ ਰਹੇਗਾ ਤਬ ਤੱਕ ਬਿਹਾਰ ਮੇ ਲਾਲੂ ਰਹੇਗਾ ਵੈਰੀ ਗੁੱਡ ਉਸਕਾ ਬੇਟਾ ਅੱਛਾ ਹੈ ਨਾ ਹਾਂ ਅੱਛਾ ਬੋਲਦਾ ਹੈ ਯਾ ਬਹੁਤ ਅੱਛਾ ਹੈ ਨਹੀਂ ਗੁੱਡ ਬਾਤ ਹੈ ਬਾਈ ਏ ਆਸਾ ਅੱਲਾਹ ਕੀ ਵੀਡੀਓ ਸੀ 85 ਸੀਟ ਲਾਇਆ ਤਾਂ ਅੱਛਾ ਮੋਦੀ ਨੇ ਇਹ ਬਿਹਾਰ ਜਾਏਗਾ ਵੀਡੀਓ ਹਾਂ ਬਿਹਾਰ ਚਲ ਜਾਏਗਾ ਅੱਛ ਬਾਲ ਮੇ ਡਾਲੇਗੇ ਹਾਂ ਨਹੀਂ ਇਹ ਪ੍ਰਾਪ ਵੀਡੀਓ ਬਣਾ ਰਹਾ ਹੈ ਆਪਕੀ ਠੀਕ ਹੈ ਕੋਈ ਬਾਤ ਤਾਂ ਨਹੀਂ ਆਪਣਾ ਆਪਣਾ ਮੈਚ ਖੇਲਣੇ ਜਾਣਾ ਹਾਂ ਹਾਂ ਮੈਚ ਚਲੋ ਚਲੋ ਹਮ ਲੋਗ ਵੀ ਦੇਖੋਗੇ ਹਾਂ ਆ ਜਾਓ ਫਿਰ ਦੇਖਦੇ ਹਾਂ ਔਰ ਭਾਈ ਕੈਸੇ ਲੁਕ ਲੁਕ ਕੇ ਦੇਖ ਰਹਾ ਹੈ ਭਾਈ ਆ ਜੀ ਤਾਂ ਬਹੁਤ ਕਰਦਾ ਤੂੰ ਮਾੜੇ ਲਿਆ ਗੋਡੇ ਵਾਲੀ ਟੇਪ ਲਾਈ ਬਹੁਤ 1.5 ਸਾਲ ਹੋ ਗਿਆ ਓਏ ਐਕਸਰਸਾਈਜ਼ ਬਹੁਤ ਕਰੀ ਮੈਂ ਗੋਡੇ ਇਹਨੂੰ ਫਿਰ ਲਾ ਲਾਂਗੇ ਠੀਕ ਆ ਜੀ ਪੂਰੇ ਫਿਰ ਗਏ ਹਾਂਜੀ ਸਾਰੇ ਦੇਖਦੇ ਹੋ ਤੁਸੀਂ ਆਪਣੀ MLK ਦੇ ਮੈਚ ਕਿਵੇਂ ਲੱਗਦੇ ਆ ਮੈਚ ਵਧੀਆ ਸਾਰੇ ਬਹੁਤ ਵਧੀਆ ਖੇਡ ਰਹੇ ਆ ਪਲੇਅਰ ਅਤੇ ਵਧੀਆ ਜਿੱਦਾਂ ਕਿ ਰੈਂਡਮਲੀ ਟੈਸਟ ਵੀ ਕੀਤੇ ਜਾਂਦੇ ਆ ਆਪਣੀ ਮੇਜਰ ਲੀਗ ਦੇ ਨੰਗਲੰਬੀਆਂ ਟਰੈਕਟਰ ਸੀ ਬੈਟ ਰੇਡਰ ਜਾਫੀ ਨੂੰ ਉੱਥੇ ਟੈਸਟ ਕੀਤੇ ਗਏ ਬੈਟ ਰੇਡਰ ਜਾਫੀ ਦੇ ਅੰਮ੍ਰਿਤ ਔਰਖ ਵਾਲਾ ਜਾਫੀ ਨਿਕਲਿਆ ਸੀ ਭੀਮ ਦੁਬਲੀ ਵਾਲਾ ਰੇਡਰ ਨਿਕਲਿਆ ਸੀ ਉਹਨਾਂ ਨੂੰ ਟਰੈਕਟਰ ਜਦੋਂ ਉਹਨਾਂ ਦੇ ਟੈਸਟ ਕਲੀਅਰ ਹੋ ਗਏ ਫੇਅਰ ਦਿੱਤੇ ਆ ਅਤੇ ਬਹੁਤ ਵਧੀਆ ਮਾਣ ਵਾਲੀ ਗੱਲ ਆ ਸਾਡੇ ਲਈ ਸਾਡੀ ਲੀਗ ਲਈ ਵੀ ਅਸੀਂ ਵੀ ਹਮੇਸ਼ਾ ਹੀ ਕੁਛ ਵਧੀਆ ਕਰਨ ਲਈ ਆਏ ਹਾਂ ਹੈ ਨਾ ਅਤੇ ਇਹਦੇ ਵਿੱਚ ਸਾਨੂੰ ਪਲੇਅਰਾਂ ਦਾ ਵੀ ਸਾਨੂੰ ਪ੍ਰਮੋਟਰਾਂ ਦਾ ਵੀ ਸਾਨੂੰ ਕਬੱਡੀ ਵਾਲੀਆਂ ਟੀਮਾਂ ਦਾ ਸਾਰਿਆਂ ਦਾ ਸਹਿਯੋਗ ਚਾਹੀਦਾ ਕਿਉਂਕਿ ਇਹ ਇੱਕ ਬੰਦੇ ਦਾ ਜਾਂ ਇੱਕ ਬੰਦੇ ਦੇ ਕਰਨ ਨਾਲ ਨਹੀਂ ਕੁਛ ਹੁੰਦਾ ਇਹ ਸਾਰੀਆਂ ਟੀਮਾਂ ਜਾਂ ਸਾਰੇ ਪਲੇਅਰ ਸਾਰੇ ਕੋਚ ਸਾਰੇ ਪ੍ਰਮੋਟਰ ਨਾਲ ਮਿਲ ਕੇ ਹੀ ਆਪਾਂ ਕਰਾਂਗੇ ਅਤੇ ਬਾਬਾ ਰੱਖੇ ਸੁੱਖ ਵਧੀਆ ਸਾਰਾ ਕੁਛ ਸਿਸਟਮ ਚੱਲ ਰਿਹਾ ਅਤੇ ਇੱਦਾਂ ਹੀ ਚਲਾਉਂਦੇ ਰਹਾਂਗੇ ਕਿੱਧਰ ਖੇਡ ਰਹੇ ਹੋ ਤੁਸੀਂ ਗੁਰਦਾਸਪੁਰ
ਇਹ ਪਹਿਲਾਂ ਛੋਟਾ ਪੇਟ ਹੋਊਗਾ ਸੱਜੇ ਮੋੜ ਦੀ ਕਿੰਨੇ ਦਾ ਕਿਸੇ ਤੋਂ ਗਿਫਟ ਲਿਆ ਉਹ ਤੋਂ ਗਾਲਾ ਹੈਲੋ ਠੀਕ ਆ ਮੈਂ ਵੀ ਨਾ ਜਾਂਦਾ ਦੀਆਂ ਗੱਲਾਂ ਜਾਇਆ ਕਰ ਘੈਂਟ ਖੇਡ ਰਹੇ ਹੋ ਯਾਰ ਜਦੋਂ ਖੇਡੋਗੇ ਮਿਹਨਤ ਕਰੋਗੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਆਉਣੀ ਨਹੀਂ ਹਨ ਤੈਨੂੰ ਖੇਡੋ ਹਨਾ ਕਿਤੇ ਜਾ ਕੇ ਤੜੀਆਂ ਖੇਡਦੀ ਆ ਪੈਸੇ ਨਹੀਂ ਉਹ ਟਾਈਮ ਪਾਸ ਵੀ ਕਰਦੇ ਸਾਰਾ ਕੁਛ ਕਰਦੇ ਆਪਾਂ ਤਾਂ ਉਹ ਨਹੀਂ ਦੂਜਾ ਘਰੋਂ ਨਾ ਆਓ ਗਰਾਊਂਡ ਵੀ ਨਹੀਂ ਆਓ ਵੀ ਨਾ ਦੋਏ ਜਾ ਜਦੋਂ ਗਰਾਊਂਡ 'ਚ ਆ ਗਏ ਉੱਥੇ ਆਪਦਾ 100% ਚੋਰੀ ਹੋਇਆ ਵਾ ਕੈਨੇਡਾ ਦੇ ਵਿੱਚ ਜਿਹੜਾ ਅੱਜ ਦਿੰਦਾ ਨੇ ਘਰ ਦਾ ਤੋੜਿਆ ਸੀ ਉੱਥੇ ਸਟੋਰ ਦਾ ਤੋੜਿਆ ਗਿਆ ਚਾਬੀ ਇੱਥੇ ਧਰ ਜਾਵੇ ਮੇਰੇ ਸਾਰਾ ਚੁੰਡੀ ਨੀ ਬਣਾਉਂਦਾ ਮੰਗਣ ਵਾਲਾ ਭਰਾ ਦੇ ਕੈਨੇਡਾ ਵਾਲਾ ਓਏ ਪਤਾ ਨਹੀਂ ਸਹੀ ਗੱਲ ਖੇਡਦਾ ਹੁੰਦਾ ਕਬੱਡੀ ਕਿਉਂ
ਓਕੇ ਕਿੰਨੇ ਕਿਲੋ ਵੈਰੀ ਗੁੱਡ ਵੈਰੀ ਗੁੱਡ ਇਹਨੂੰ ਦਿਓ 500 ਰੁਪਈਆ ਬਹੁਤ ਵਧੀਆ ਤੁਹਾਡਾ ਸਰੀਰ ਘੈਂਟ ਹੈ ਨਾ ਮੁੰਡੇ ਦਾ ਬਈ ਤੇ ਸਹੀ ਗੱਲ ਸੀ ਨਾ ਠੀਕ ਹੈ ਠੀਕ ਹੈ ਮੂਲੀਆਂ ਦੇਸੀ ਮਿਹਨਤ ਕਰਦਾ ਹਾਂ ਵੈਰੀ ਗੁੱਡ ਹਾਂ ਹਾਂ ਬਾਜ਼ਾਰ ਪੀਂਦਾ ਪਟੀਨ ਨਹੀਂ ਪੀਂਦਾ ਕਹਿੰਦਾ ਵੈਰੀ ਗੁੱਡ ਹਾਂ ਸਹੀ ਆ ਹਾਂ ਗੁੱਡ ਓਕੇ ਮਿਲਦੇ ਹਾਂ ਫਿਰ ਪੂਰਾ ਹੱਗ ਕੱਟਦਾਂਗੇ ਜਨਤਾ ਪਤਾ ਮੈਂ ਬੁਲਟ ਜਿੱਤ ਗਿਆ ਇਹ ਉਹੀ ਗੋਡੀ ਦੇ ਬੁਲਟ ਹਰ ਗਿਆ ਸਾਡਾ ਰੇਡਰ ਵੀ ਸਾਡਾ ਉੱਥੇ ਜਿੱਤ ਗਿਆ ਤੇ ਜਨਤਾ ਕਹਿੰਦੀ ਸੁਲਤਾਨ ਜਾਣ ਕੇ ਜਫਾ ਲਗਾ ਮਾਂ ਦੁਨੀਆ ਵਿੱਚ ਵੀ ਨਹੀਂ ਆਹ ਚੀਜ਼ਾਂ ਹੁੰਦੀਆਂ ਬੜਾ ਕਰਤਾ 2 ਸਾਲਾਂ ਚ ਆਪਾਂ ਨੇ ਦੁਬਾਰਾ ਯੰਗ ਕਰ ਦੂੰ ਟੈਂਸ਼ਨ ਉੱਡੀਏ ਬਈ ਯਾਰ ਦਸ ਮਿੰਟ ਦੇ ਦੋ ਬੜੇ ਜੀ ਮਾਰਾ ਬੜੇ
दुनिया में चर्चा है कि मैं तो खा के बोलिए पौधा दावा खड़ा
ਕੁੜੀ ਇਹਨਾਂ ਕਹਿੰਦਾ ਵਕੀਲ ਤਾਲਕਾ ਆ ਕਹਿੰਦਾ ਰਕਾਉਣ ਨਹੀਂ ਹੈ ਰਕਾਉਣ ਸੁਣਣੀ ਹੈ ਵੇਗੋ ਈਸ਼ਾ ਕੇ ਸਾਹ ਨਾ ਈਸ਼ਾ ਵੇਗੋ ਜੱਕਾ ਵਾਲਾ ਇਹ ਰੋਗ ਵੀ ਹੋਣਾ ਰੀਅਲ ਰੋਗ ਦੇ ਵਿੱਚੋਂ ਕੋਈ ਫੇਟੀ ਹੋ ਰਹੀ ਹੈ ਰਕਾਉਣ ਨਹੀਂ ਹੈ ਰਕਾਉਣ ਸੁਣਣੀ ਹੈ ਦੁਕਾਨ ਵਾਲਾ ਕੀ ਸਾਹ ਦੀਪ ਦੇ ਕੇ ਜਾਣਾ
ਬੰਦੇ ਨਾ ਲਾ ਦੇ ਪਾਣੀ ਇਹਨਾਂ ਨੇ ਜਾਵੇ।